ਅੱਜ ਕਿਧਰੋਂ ਸ਼ੁਰੂ ਕਰਨਾ ਹੈ? ਜਿੱਧਰੋਂ ਮਰਜ਼ੀ ਕਰ ਲਓ। ਨਗਰ ਮੈਂ ਨਾ ਵਿਹਲਿਆ ਕਰ ਲਈਏ, ਕੀ ਲੱਗਦਾ ਕੌਣ ਜਿੱਤੇਗਾ? ਇਹ ਤੁਸੀਂ ਹੀ ਦੱਸਣਾ ਵਿਹਲਾ। ਇਸ ਤਾਂ ਜੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਲਾਲ ਲਾਲ ਹੋਇਆ, ਲਾਲ ਹੋਇਆ, ਹੋ ਰਿਹਾ ਲਾਲ। ਹੈਲੋ, ਹੋਰ ਬਈ ਕਿੱਦਾਂ, ਕੀ ਹਾਲ ਚਾਲ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਅੱਜ ਇੱਕ ਹੋਰ ਨਵਾਂ ਵਲੌਗ ਲੈ ਕੇ ਹਾਜ਼ਰ ਹਾਂ, ਇਨਸ਼ਾਅੱਲਾ ਤੁਹਾਨੂੰ ਪਸੰਦ ਆਏਗਾ। ਮੈਂ ਸੋਚ ਰਿਹਾ ਸਾਂ ਯਾਰ ਕਿ ਹਫ਼ਤੇ ਦੇ ਵਿੱਚ ਇੱਕ ਅੱਧਾ ਫੂਡ ਚੈਲੇਂਜ ਵਾਲਾ ਵਲੌਗ ਲਾਜ਼ਮੀ ਹੋਣਾ ਚਾਹੀਦਾ। ਅੱਜ ਹੈ ਵੀ ਜੁੰਮਾ, ਅਤੇ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਜੁੰਮਾ ਮੁਬਾਰਕ। ਇੱਕ ਅੱਧਾ ਇਹੀ ਹਰ ਹਫ਼ਤੇ ਦੇ ਬਾਅਦ ਇੱਕ ਵਲੌਗ ਜ਼ਰੂਰ ਫੂਡ ਚੈਲੇਂਜ ਵਾਲਾ ਆਇਆ ਕਰੇਗਾ। ਇਹਦੇ ਵਿੱਚ ਕੋਈ ਵੀ ਇਹੀ ਹੋਏਗਾ, ਇੱਕ ਦੂਜੇ ਨੂੰ ਚੈਲੇਂਜ ਕਰਕੇ ਉਹ ਚੀਜ਼ ਵਗੈਰਾ ਖਾਵਾਂਗੇ। ਉਹਦਾ ਇਹ ਹੋਏਗਾ ਕਿ ਅਗਰ ਕੋਈ ਜਿੱਤੇਗਾ ਤਾਂ ਉਹਨੂੰ ਹੋ ਸਕਦਾ ਇਨਾਮ ਦੇਈਏ, ਜਿਹੜਾ ਹਾਰੇਗਾ ਉਹਨੂੰ ਪਨਿਸ਼ਮੈਂਟ ਮਿਲੇਗੀ, ਸਜ਼ਾ ਮਿਲੇਗੀ। ਤੁਸੀਂ ਨਾਲ ਜੁੜੇ ਰਹੋ, ਤੁਹਾਨੂੰ ਮਜ਼ਾ ਆਉਣ ਵਾਲਾ ਅੱਜ ਵਾਲੇ ਵਲੌਗ 'ਚ ਇਨਸ਼ਾਅੱਲਾ। ਅਤੇ ਅੱਜ ਵਾਲਾ ਚੈਲੇਂਜ ਬਰਗਰ ਚੈਲੇਂਜ, ਅਤੇ ਚੱਲਦੇ ਹਾਂ ਪਹਿਲਾਂ ਸਾਰਿਆਂ ਨੂੰ ਪਹਿਲਾਂ ਲੈ ਕੇ ਆਉਂਦੇ ਬਰਗਰ, ਕਿਉਂਕਿ ਚੈਲੇਂਜ ਵਾਸਤੇ ਬਰਗਰ ਹੋਣਾ ਤਾਂ ਲਾਜ਼ਮੀ ਚਾਹੀਦੇ ਨੇ। ਹੁਣ ਪਹਿਲਾਂ ਬਰਗਰ ਲੈ ਕੇ ਆਉਂਦੇ ਹਾਂ, ਲੈ ਕੇ ਆਵਾਂਗੇ ਅਤੇ ਫਿਰ ਹੀ ਚੈਲੇਂਜ ਹੋਏਗਾ ਨਾ। ਹੁਣ ਚੱਲਦੇ ਸਿੱਧਾ ਦੁਕਾਨ 'ਤੇ। ਫੜਨੇ ਹੁਣ ਸਿੱਧੀ ਆਪਣੀ ਫਰਾਰੀ ਦੀ ਚਾਬੀ, ਲੈ ਕੇ ਫਰਾਰੀ ਨਿਕਲਦੇ ਹਾਂ। ਮੁੰਡਾ ਡੀਕਦਾ ਪਿਆ ਬਾਹਰ, ਕਾਲਾਂ 'ਤੇ ਕਾਲਾਂ ਕਰੀ ਜਾਂਦਾ ਪਿਆ, ਉਹਨੂੰ ਨਾਲ ਬਹਾਨੇ ਆ ਅਤੇ ਸਿੱਧਾ ਜਾ ਕੇ ਬਰਗਰ ਲੈ ਕੇ ਵਾਪਸ ਆ ਕੇ ਸੈਟਅਪ ਲਾ ਕੇ ਅਤੇ ਫਿਰ ਹੀ ਤੁਹਾਨੂੰ ਮਿਲਦੇ ਹਾਂ। ਬਾਬਾ ਜੀ ਅਤੇ ਬੰਦੇ ਨੂੰ ਕਾਲ ਕੀਤੀ ਹੈ, ਆ ਰਿਹਾ ਸੀ ਅਤੇ ਮੈਂ ਚਲੋ ਆ ਜਾ, ਫਿਰ ਮੈਂ ਇੱਥੇ ਵੇਟ ਕਰਨਾ ਪਿਆ। ਜੂ ਹੀ ਆਉਂਦਾ ਉਹਨੂੰ ਨਾਲ ਬਹਾਨੇ ਆ ਅਤੇ ਨਿਕਲਦੇ ਹਾਂ ਸਿੱਧਾ ਬਾਜ਼ਾਰ। ਭਾਜੀ ਆ ਬੰਦਾ ਤੇ ਪਹੁੰਚ ਗਿਆ। ਵਾਲੇਕੁਮ ਸਲਾਮ, ਚਲੀਏ ਜੀ। ਚਲੋ ਜੀ। A few moments later. ਹਾਂਜੀ ਬਾਬਾ ਜੀ, ਤੇ ਬਾਜ਼ਾਰੋਂ ਆ ਗਏ ਹਾਂ, ਬਰਗਰ ਸ਼ਰਗਰ ਲੈ ਕੇ ਆ ਗਏ ਹਾਂ ਅਤੇ ਇਹ ਰੱਖੇ ਨੇ ਹੁਣ ਆਪਾਂ ਹੁਣ ਸੈੱਟ ਕਰਕੇ, ਸੈਟਅਪ ਲਾ ਕੇ ਅਤੇ ਫਿਰ ਤੁਹਾਨੂੰ ਡਾਇਰੈਕਟ ਸਾਹਮਣੇ ਕੈਮਰੇ ਦੇ ਸਾਹਮਣੇ ਮਿਲਣੇ ਹਾਂ। ਆਓ ਹੁਣ ਸੈਟਅਪ ਕਰੀਏ। ਹਾਂਜੀ ਬਾਬਾ ਜੀ, ਤੇ ਆਹ ਸੈਟਅਪ ਵਗੈਰਾ ਲਾ ਕੇ ਬਹਿ ਗਏ ਹਾਂ ਅਤੇ ਆਹ ਦੋ ਦੋ ਨਗਰਸ ਨੇ, ਸੋਰੀ ਢਾਈ ਢਾਈ, ਨਾਲ ਇੱਕ ਇੱਕ ਟਾਵਰ ਬਰਗਰ, ਕੋਕ ਬੋਤਲ, ਇੱਕ ਕੋਕਾ ਕੋਲਾ ਦੀ, ਪਾਪਾ ਦੇ ਗਲਾਸ, ਅਤੇ ਕਰਨੇ ਆ ਚੈਲੇਂਜ ਸ਼ੁਰੂ। ਵੇਖੋ ਹੁਣ ਬਣਦੀਆਂ ਕੀ ਨੇ। ਬੋਤਲ ਭਾਈ ਸਾਜ ਵੀ ਪਹਿਲੇ ਨੰਬਰ 'ਤੇ ਭਾਈ ਬੋਤਲ। ਸਾਜ ਕਿੱਧਰੋਂ ਸ਼ੁਰੂ ਕਰਨਾ ਜੀ? ਨਗਰ ਮੈਂ ਨਾ ਵਿਹਲਿਆ ਕਰ ਲਈਏ, ਉਸ ਤੋਂ ਬਾਅਦ ਫਿਰ ਬਰਗਰ ਵੱਲ ਹੁੰਦੇ ਅਤੇ ਸ਼ੁਰੂ ਕਰਨੇ ਹਾਂ ਹੁਣ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਲੈ ਕੇ ਆਇਆ ਬਾਬਾ ਜੀ, ਹਜੇ ਤੱਕ ਗਰਮ ਨੇ, ਇਹ ਹਿਸਾਬ ਲਾ ਲਓ। ਚੈਲੰਜ ਹੋਣਾ ਆ ਕੇ ਬਰਗਰਾਂ ਤੇ, ਇਹ ਤੇ ਸਟਾਰਟਰ ਲੈ ਕੇ ਆਇਆ ਕਿ ਆੜੇ ਲੱਗੇ ਰਹੀਏ। ਹੈ ਕ੍ਰਿਸਪੀ ਉਹਨਾਂ ਬਣਾਏ ਨੇ, ਕੈਚਪ ਵਗੈਰਾ ਅਸੀਂ ਨਹੀਂ ਲਾਈ ਹੈ ਅਤੇ ਉਹ ਹੁਣ ਬਰਗਰ ਨਾਲ ਇਸਤੇਮਾਲ ਕਰਾਂਗੇ। ਮੈਂ ਹੋ ਸਕਦਾ ਇਹਦੇ ਨਾਲ ਜ਼ਰੂਰਤ ਪਏ ਪਰ ਨਹੀਂ ਪਈ, ਇੰਝ ਟੇਸਟੀ ਬਣੇ ਨੇ। ਬਾਬਾ ਜੀ ਨਗਰ ਡਨ, ਥੋੜ੍ਹੀ ਬੋਤਲ ਪੀ ਲਈ ਫਿਰ ਆਉਂਦੇ ਹਾਂ ਬਰਗਰ ਨੂੰ ਬੇਰਨੇ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਹਾਂਜੀ ਮਕਾਓ, ਮੇਨ ਗੱਲ ਤਾਂ ਤੁਹਾਨੂੰ ਦੱਸਣਾ ਭੁੱਲ ਗਏ ਹੋ ਭਾਜੀ, ਜਿਹੜਾ ਲੇਟ ਜਿਹਨੇ ਬਾਅਦ ਚੋਂ ਖਾਧਾ ਪਨਿਸ਼ਮੈਂਟ, ਤਾਂ ਤੁਹਾਨੂੰ ਪਤਾ ਫਿਰ ਲਾਜ਼ਮੀ ਹੈ ਚੈਲੇਂਜ ਦੇ ਵਿੱਚ ਜਿਹੜਾ ਹਰਿਆ ਉਹਨੂੰ ਮਿਲਦੀ ਹੈ। ਤਾਂ ਜੀ ਉਹ ਖਾਏਗਾ ਇਹ ਮਿਰਚਾਂ, ਉਹ ਵੀ ਦੋ, ਇਸ ਵਾਸਤੇ ਬਾਬਾ ਜੀ ਢਿੱਲ ਲਾ ਲਿਓ। ਇਹ ਜੇ ਭਾਅ ਜੀ ਟਾਵਰ ਬਰਗਰ ਫੁੱਲ ਲੋਡਿਡ, ਅਚਾਕਰ ਕ੍ਰਿਸਪੀ ਵਗੈਰਾ ਸਹੀ ਹੈ, ਸਭ ਕੁਛ ਠੀਕ ਹੈ। ਭਾਅ ਜੀ ਬਰਗਰ ਜੇ ਖਾ ਕੀਤਾ ਤੇ ਇਹ ਨੀ ਪਤਾ ਇਹਨੇ ਇਹਨੂੰ ਖਾਣਾ ਕਿ ਉਹਨੇ, ਬਿਸਮਿਲ੍ਲਾ ਪੜ੍ਹੀ ਹੈ ਜੀ। ਹਾਂਜੀ ਬਿਸਮਿਲ੍ਲਾ, ਇੱਕ ਦੋ ਤਿੰਨ ਸਟਾਰਟ।
की लगता कौन जितेगा ये तुसें ही दसना वेला है हूं सला है भी है अद्धा किलो का बर्गर है भाई नदीम जोर जोर लगा ये नहीं वेंदा पैसा सज्जे खब्बे खड़ी गल मिर्चा खानी है मिर्चा का सवाल है लास्ट दो बैठा रह गई हैं अन करीब जितन से करीब करीब ते बाबा जी डन मुकाता है होटल गया है जिन्नी स्पीड से खादा ना की कहना चाहोगे बस बाबा जी हट गए कोई नहीं खत्म तो करो ना हम अल्हम्दुलिल्लाह अदना भी आ गए आहो ਤੁਹਾਂ ਮਰਚਾਂ ਦੇ ਕੋਲ ਜਾਣਾ ਕਿ ਮਰਚਾਂ ਤੁਹਾਡੇ ਕੋਲ ਹੁਣ ਨਹੀਂ ਮਰਦੇ ਹੀ ਹੁਣ ਤੁਹਾਂ ਨਹੀਂ ਜਾਣਾ ਨਾ ਨਾ ਮਜ਼ਾ ਆ ਗਿਆ ਹੁਣ ਬੰਦਾ ਖਤਮ ਕਰਦਾ ਤੇ ਫਿਰ ਦੂਸਰੀ ਸਾਈਡ ਤੇ ਪਨਿਸ਼ਮੈਂਟ ਵਾਲੀ ਸਾਈਡ ਤੇ ਆਉਂਦੇ ਆ ਮੈਂ ਨਾ ਸਵਾਦ ਆ ਗਿਆ ਬਾਕੀ ਇਸ ਤਾਂ ਜੀ ਤੁਹਾਡਾ ਇੰਤਜ਼ਾਰ ਕਰ ਰਹੀ ਵੇ ਕੇ ਹੁਣ ਪਾਣੀ ਆਉਣ ਡਿਆ ਕੰਨਾਂ ਦਾ ਨਹੀਂ ਧੂੰ ਨਿਕਲਦਾ ਪਿਆ ਤੇ ਖਾਣ ਲੱਗਿਆ ਕਿ ਬਣੂ ਕੁਛ ਨਹੀਂ ਹੁੰਦਾ ਹੁਣ ਉਹਦਾ ਨਹੀਂ ਗੱਲ ਪੱਕਾ ਹੋ ਗਿਆ ਹੁਣ ਇਹ ਹੁਣ ਕਿਆ ਆਉਂਦੇ ਦੇ ਸਾਹਮਣੇ ਹੁਣ ਕਰਨੇ ਪਏ ਪਹਿਲਾਂ ਹਮਰੇ ਕੀਤੇ ਨੇ ਜਿਹੜੇ ਸ਼ੁਕਰ ਹੈ ਯਾਰ ਇੰਨੀ ਦਿਨ ਮੈਂ ਕੋਈ ਖਾਣਾ ਵਾਏ वाह 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 शुक्र है कि भाई एदा भी खत्म होया उम्मीद है जो तुम वेट करते हो कि वह भी हूँ अनग्रेप देने वाले पनिशमेंट कि वह पसंद आई हो लाइक कमेंट लाजमी करना चैनल से नवे आए तो उन्होंने सबसक्राइब कर दो
ਹੁਣ ਭਾਜੀ ਖਾਣੀਆਂ ਨੇ ਮਰਚਾਂ ਤਾਂ ਧਿਆਨ ਰੱਖਣਾ ਕਿਵੇਂ ਖਾਣੀਆਂ ਨੇ ਇਹ ਤੁਹਾਨੂੰ ਤਰੀਕਾ ਹੀ ਦੱਸੇਗਾ ਕਿ ਤੁਸੀਂ ਮਰਚਾਂ ਇੰਜ ਖਾਣੀਆਂ ਨੇ ਤੇ ਤੁਸੀਂ ਅਜਮਾਇਓ ਇੰਜ ਹੀ ਖਾਇਆ ਕਰੋ ਕਿਉਂ ਭਾਜੀ ਬਚਾ ਲਓ ਲੋੜ ਪੈਣੀ ਜੇ ਭਾਜੀ ਬੂੰਦਾ ਲਾਉਣਾ ਮਰਚ ਅੰਦਰ ਉੱਪਰ ਬੋਤਲ ਦਾ ਕੋਟ ਇਹ ਬਾਅਦ 'ਚ ਫਿਰ ਸਮਝ ਰਹੇ ਹੋ ਜੋ ਬਣੇਗੀ ਇੱਕੋ ਹੀ ਖਾਣੀ ਜੇ ਭਾਜੀ ਮੈਂ ਆਹ ਵਾਲ ਇਹ ਖਵਾਵਾਂਗੇ ਟੈਨਸ਼ਨ ਨਹੀਂ ਲੈਣੀ ਦੂਜੀ ਵੀ ਹਾਂ ਖਵਾਣੀ ਹੈ ਭਾਈ ਚੈਲੰਜ ਚੈਲੰਜ ਜੇ ਮੈਂ ਹਾਰਦਾ ਤਾਂ ਫਿਰ ਮੈਨੂੰ ਵੀ ਖਾਣੀ ਪੈਣੀ ਪਰ ਆਪਣੀ ਆਡੀਅੰਸ ਦੇ ਸਾਹਮਣੇ ਫਿਰ ਨਕਾਤੀ ਹੋ ਜਾਣੀ ਸੀ ਮੈਂ ਭਾਜੀ ਇੱਕੀ ਖਾਣੀ ਮੈਂ ਪਿੱਛੋਂ ਦੇ 10 ਰੁਪਏ ਸੁੱਟੇ ਹਨ ਮੈਂ ਕਿਹਾ ਭਾਈ ਹਰ ਜਾਈ ਤੇਰੀ ਮਿਹਰਬਾਨੀ ਮਜ਼ੇਦਾਰ ਇੰਨੀ ਦਿਨ ਨੂੰ ਨਿਘਾਰ ਤੂੰ ਬੋਤਲ ਪੀ ਤੇ ਚੱਲ ਲਾਲ ਲਾਲ ਹੋਇਆ ਲਾਲ ਹੋਇਆ ਹੋ ਰਿਹਾ ਲਾਲ ਬੜੀ ਕੈਸਾ ਲੱਗਾ ਚੱਲ ਚਲ ਪਹਿਲਾਂ ਅਸੀਂ ਅੱਜ ਵੀਡੀਓ ਮੁੰਡਿਆਂ ਨੂੰ ਛੁੱਟੀ ਦਿੰਦੇ ਹਾਂ ਨੈਕਸਟ ਟਾਈਮ ਤੁਸੀਂ ਬਸ ਦੋਹਾਂ ਦੱਸਣਾ ਕਰਨਾ ਇਸ ਟੋਪਿਕ ਤੇ ਵੀਡੀਓ ਬਣਾਓ ਇਹਦੇ ਤੇ ਐਂ ਨਹੀਂ ਕਰਿਆ ਕਰੋ ਇਹ ਇਨਸ਼ਾਅੱਲਾ ਉਹਦੇ ਤੇ ਪੂਰੀ ਬਣਾਵਾ ਕਰਾਂਗੇ ਹਾਂਜੀ ਕੈਸਾ ਲੱਗਾ ਚੱਲ ਮਾਸ਼ਾਅੱਲਾ ਬਿਹਤਰੀਨ ਲੱਗਾ ਅੱਗੋਂ ਵੀ ਮਜ਼ੀਦ ਚੈਲੰਜ ਮੈਂ ਕਰਾਂਗਾ ਇਹ ਮੈਂ ਨਦੀਮ ਨੂੰ ਕੀਤਾ ਸੀ ਚੈਲੰਜ ਤੇ ਮੈਂ ਜਿੱਤ ਗਿਆ ਅੱਗੋਂ ਨਦੀਮ ਮੈਨੂੰ ਕਰੇਗਾ ਠੀਕ ਹੈ ਅਸੀਂ ਪੂਰੀ ਕੋਸ਼ਿਸ਼ ਕਰਨੀ ਹੈ ਤੁਸੀਂ ਸਪੋਰਟ ਦੇਣੀ ਹੈ ਬਸ ਇਨਸ਼ਾਅੱਲਾ ਅਸੀਂ ਉਦੋਂ ਵੀ ਜਿੱਤਣਾ ਹੈ ਪਨਿਸ਼ਮੈਂਟ ਮੈਂ ਸੋਚਣੀ ਚੈਲੰਜ ਤੂੰ ਸੋਚਣਾ ਠੀਕ ਹੈ ਆਪਣੀ ਦੁਆਵਾਂ 'ਚ ਯਾਦ ਰੱਖਿਓ ਅਸੀਂ ਤੁਹਾਨੂੰ ਆਪਣੀ ਦੁਆਵਾਂ 'ਚ ਯਾਦ ਰੱਖਾਂਗੇ ਅਤੇ ਲਾਈਕ ਕਮੈਂਟ ਲਾਜ਼ਮੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਅਤੇ ਨਾਲੇ ਤੁਸੀਂ ਸਾਨੂੰ ਦੱਸੋ ਕਿ ਤੁਹਾਨੂੰ ਵੀਡੀਓ ਤੋਂ ਕਿਵੇਂ ਦੀ ਲੱਗੀ ਹੈ ਜਾਂ ਅੱਗੋਂ ਤੁਹਾਨੂੰ ਕਿਵੇਂ ਦੇ ਵਲੌਗ ਚਾਹੀਦੇ ਨੇ ਸਾਨੂੰ ਕਮੈਂਟ 'ਚ ਦੱਸੋ ਇਨਸ਼ਾਅੱਲਾ ਉਹਨੇ ਦਾ ਅਸੀਂ ਚੈਲੰਜ ਵੀਡੀਓ ਲੈ ਕੇ ਆਵਾਂਗੇ ਅਤੇ ਆਪਣੀ ਦੁਆਵਾਂ 'ਚ ਯਾਦ ਰੱਖਿਓ ਅਸੀਂ ਤੁਹਾਨੂੰ ਆਪਣੀ ਦੁਆਵਾਂ 'ਚ ਯਾਦ ਰੱਖਦੇ ਹਾਂ ਮਿਲਣੇ ਇੱਕ ਹੋਰ ਨਵੀਂ ਵੀਡੀਓ 'ਚ ਉਨੀ ਦੇਰ ਤੱਕ ਦਿਓ ਇਜਾਜ਼ਤ ਅੱਲਾ ਹਾਫਿਜ਼।